ਸਤਿ ਸ਼੍ਰੀ ਅਕਾਲ ਜੀ, ਮੇਰੇ ਸਾਰੇ ਵੇਖ ਰਹੇ ਇਸ ਪ੍ਰੋਗਰਾਮ ਨੂੰ ਵੇਖ ਰਹੇ ਮੇਰੇ ਸਾਰੇ ਵੀਰਾਂ ਨੂੰ, ਮੈਂ ਆਪ ਜੀ ਦਾ ਆਪਣਾ ਹਰਕੀਰਤ ਸਿੰਘ ਆਵਾਜ਼ ਏ ਕੌਮ ਚੈਨਲ ਤੋਂ, ਅਤੇ ਅੱਜ ਅਸੀਂ ਆਏ ਹਾਂ ਫਿਰੋਜ਼ਪੁਰ, ਸ਼ਹੀਦਾਂ ਦੀ ਧਰਤੀ ਜੋ ਬਾਰਡਰ 'ਤੇ ਸਥਿਤ ਹੈ, ਅਤੇ ਅੱਜ ਅਸੀਂ ਜਾਣਾਂਗੇ ਕਿ ਬਾਰਡਰ ਪੱਟੀ 'ਤੇ ਵੱਸਦੇ ਲੋਕਾਂ ਨੂੰ ਕੀ ਸਮੱਸਿਆਵਾਂ ਆਉਂਦੀਆਂ ਨੇ, ਕੀ ਦਿੱਕਤਾਂ ਆਉਂਦੀਆਂ ਨੇ, ਅਤੇ ਅੱਜ ਸਾਡੀ ਇਸ ਮਹਿਫਿਲ ਵਿੱਚ ਮੌਜੂਦ ਨੇ ਇੱਥੋਂ ਬਾਰਡਰ ਪੱਟੀ ਦੇ ਪਿੰਡ ਜਿਵੇਂ ਦੁਲਚੀ ਕੇ, ਅਲੀ ਕੇ ਐਟਸੈਕਟਰਾ, ਅਤੇ ਵੱਸਦੇ ਇੱਥੋਂ ਦੇ ਵਸਨੀਕ, ਇੱਥੋਂ ਦੇ ਲੋਕ, ਅਤੇ ਇੱਥੋਂ ਦੇ ਸਰਪੰਚ, ਅਤੇ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਇੱਥੋਂ ਦੇ ਲੋਕਾਂ ਨੂੰ ਕੀ ਸਮੱਸਿਆਵਾਂ ਆਉਂਦੀਆਂ ਨੇ, ਕੀ ਦਿੱਕਤਾਂ ਨੇ, ਕੀ ਰਾਹਤ ਦੇ ਪ੍ਰੋਜੈਕਟ ਸਰਕਾਰ ਚਲਾ ਰਹੀ ਹੈ ਜੋ ਚਲਾਉਣੇ ਚਾਹੀਦੇ ਨੇ। ਅਤੇ ਸ਼ੁਰੂ ਕਰਦੇ ਹਾਂ ਅਸੀਂ ਆਪਣਾ ਇਹ ਸਫ਼ਰ ਪਿੰਡ ਦੁਲਚੀਗੇ ਤੋਂ ਸਰਦਾਰ ਅਵਤਾਰ ਸਿੰਘ ਜੀ ਦੇ ਨਾਲ। ਸਰਦਾਰ ਅਵਤਾਰ ਸਿੰਘ ਦੁਲਚੀਗੇ ਜੀ, ਅਵਤਾਰ ਸਿੰਘ ਜੀ, ਜੇ ਸਰਕਾਰ, ਤੁਸੀਂ ਹੁਣੇ ਸਾਨੂੰ ਦੱਸਿਆ ਸੀ ਕੀ ਸਮੱਸਿਆਵਾਂ ਤੁਹਾਨੂੰ ਤੁਹਾਡੇ ਬਾਰਡਰ ਬੈਲਟ 'ਚ ਪੇਸ਼ ਆਉਂਦੀਆਂ ਨੇ, ਅਤੇ ਤੁਹਾਡੇ ਮੁਤਾਬਕ ਜੇ ਸਰਕਾਰ ਸੁਧਾਰ ਕਰੇ ਤਾਂ ਕੀ ਸੁਧਾਰ ਨੇ ਜੋ ਤੁਹਾਡੇ ਮੁਤਾਬਕ ਹੋਣੇ ਚਾਹੀਦੇ ਨੇ, ਜਿਹਦੀ ਲੋੜ? ਦੇਖੋ ਜੀ, ਸਤਲੁਜ ਦਰਿਆ ਦੇ ਜੇ ਪਾਸੇ ਵੰਡ ਮਾਰ ਕੇ ਅਤੇ ਇਹਨੂੰ ਸਹੀ ਤਰੀਕੇ ਨਾਲ, ਇੱਕ ਤਾਂ ਪਾਣੀ ਦਾ ਮਸਲਾ ਹੱਲ ਹੋ ਜਾਏਗਾ ਪੂਰੇ ਪੰਜਾਬ ਦਾ ਹੀ ਸਮਝ ਲਓ, ਕਿਉਂ ਨਹਿਰਾਂ ਦਾ ਇੰਤਜ਼ਾਮ ਹੋਏਗਾ, ਸਭ ਕੁਛ ਹੋ ਸਕਦਾ। ਦੂਸਰਾ, ਇੱਥੇ ਟੂਰਿਜ਼ਮ ਬਹੁਤ ਨਿਕਲ ਸਕਦਾ ਹੈ, ਕਿਉਂ ਸ਼ਹੀਦਾਂ ਦੀ ਧਰਤੀ ਹੋਣ ਕਰਕੇ ਫਿਰੋਜ਼ਪੁਰ ਦੇ ਤੁਸੀਂ ਨਾਲ ਹੀ ਸਾਡੇ ਆ ਸਤਲੁਜ ਕੱਢੇ ਦੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੀ ਸਮਾਧ ਹੈ, ਬਾਕੀ ਵੀ ਇੱਥੋਂ ਦਾ ਜੋ ਫਿਰੋਜ਼ਪੁਰ ਇਹਨਾਂ ਦਾ ਇਤਿਹਾਸ ਬੜਾ ਸ਼ਹੀਦਾਂ ਨਾਲ ਜੁੜਿਆ ਹੈ, ਅਤੇ ਲੋਕ ਬਾਹਰੋਂ ਸਤਲੁਜ ਜੇ ਵਧੀਆ ਬਣਾ ਕੇ ਇਹਦੇ 'ਚ ਬੇੜੀਆਂ ਵਗੈਰਾ ਛੱਡ ਕੇ, ਸ਼ਿਕਾਰੇ ਵਗੈਰਾ ਛੱਡ ਕੇ ਇੱਥੇ ਲੋਕ ਆ ਸਕਦੇ ਨੇ ਘੁੰਮਣ ਵਾਸਤੇ। ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ, ਜੋ ਇਲਾਕੇ ਸਾਡੇ ਦੀ ਇੱਕ ਡਿਮਾਂਡ ਹੈ, ਜੋ ਸਾਡੀਆਂ ਇੱਥੇ ਜ਼ਮੀਨਾਂ ਨੇ ਲਗਭਗ 3 ਪੀੜ੍ਹੀਆਂ ਤੋਂ ਇਹ ਜ਼ਮੀਨਾਂ ਕੱਚੀਆਂ ਜ਼ਮੀਨਾਂ 'ਚ ਵਾਹ ਰਹੇ ਨੇ, ਗਰਦੌਰੀਆਂ ਲੋਕਾਂ ਦੇ ਨਾਂ ਦੇ ਨੇ, ਪਰ ਉਹਨਾਂ ਨੂੰ ਮਾਲਕਾਂ ਦਾ ਹੱਕ ਮਿਲਣੇ ਚਾਹੀਦੇ, ਜੋ ਕਿ ਉਹਨਾਂ ਦਾ ਹੱਕ ਹੈ, ਕਿ ਉਹਨਾਂ ਨੇ ਬੂਟੇ ਪੱਟ ਕੇ ਬਲਦਾਂ ਨਾਲ ਵਾਹੀ ਕਰਕੇ ਜ਼ਮੀਨ ਨੂੰ ਪੱਧਰ ਕੀਤਾ, ਜਦੋਂ ਕਿ ਇੱਥੇ ਬਾਰਡਰ 'ਤੇ ਕੋਈ ਬੈਠਣਾ ਨਹੀਂ ਚਾਹੁੰਦਾ ਸੀ, ਇਹ ਲੋਕ ਉਦੋਂ ਬਾਰਡਰ 'ਤੇ ਵਸੇ ਨੇ, ਪਾਕਿਸਤਾਨ ਤੋਂ ਉੱਜੜ ਕੇ ਇਹ ਬਾਰਡਰ 'ਤੇ ਆਣ ਕੇ ਬੈਠ ਕੇ, ਇਹਨਾਂ ਇੱਕ ਤਾਂ ਸਰਹੱਦਾਂ ਦੀ ਰਾਖੀ ਕੀਤੀ, ਆਰਮੀ ਨਾਲ ਜਦੋਂ ਵੀ ਕਿਤੇ ਜੰਗ ਹੁੰਦਾ ਪੂਰਾ ਸਹਿਯੋਗ ਦਿੰਦੇ ਨੇ, ਇੱਥੋਂ ਤੱਕ ਕਿ ਉਹਨਾਂ ਰੋਟੀਆਂ ਵੀ ਪਕਾ ਕੇ ਲਿਆਉਂਦੇ ਨੇ, ਮੋਢੇ ਨਾਲ ਮੋਢਾ ਜੜ ਕੇ ਖਲਾਉਂਦੇ ਨੇ, ਅਤੇ ਇਸ ਵਾਸਤੇ ਹੱਕ ਮੰਨਦਾ ਇਹਨਾਂ ਲੋਕਾਂ ਨੂੰ, ਜੋ ਇਹਨਾਂ ਦੀ ਜ਼ਮੀਨਾਂ ਦੇ ਮਾਲਕਾਂ ਦਾ ਹੱਕ ਮਿਲਣਾ ਚਾਹੀਦੇ, ਅਸੀਂ ਆਪਣੇ ਹੱਕ ਹੀ ਮੰਗਣੇ ਹਾਂ, ਔਰ ਇਸ ਦੇ ਨਾਲ ਨਾਲ ਦੇਸ਼ ਦਾ ਵੀ ਭਲਾ ਦੇ ਵਿੱਚ ਅਸੀਂ ਸਹਿਯੋਗ ਪਾਉਣਾ ਚਾਹੁੰਦੇ ਹਾਂ, ਵੀ ਵੱਧ ਤੋਂ ਵੱਧ ਅਨਾਜ ਪੈਦਾ ਕਰਕੇ ਜੋ ਦੇਸ਼ ਦੇ ਅੰਨ ਭੰਡਾਰ ਵਿੱਚ ਵਾਧਾ ਕੀਤਾ ਜਾ ਸਕੇ। ਹੁਣ ਅਸੀਂ ਗੱਲ ਕਰਾਂਗੇ ਇੰਜੀਨੀਅਰ ਸੁਖਚੈਨ ਸਿੰਘ ਲੈਲਪੁਰੀ ਜੀ ਦੇ ਨਾਲ, ਜੋ ਇਸ ਬਹੁਤ ਹੀ ਇੰਪੋਰਟੈਂਟ ਮੁੱਦੇ ਦੇ ਉੱਤੇ ਆਪਣੇ ਵਡਮੁੱਲੇ ਵਿਚਾਰ ਆਪ ਜੀ ਦੇ ਰੂਬਰੂ ਰੱਖਣਗੇ। ਹਾਂਜੀ ਲੈਲਪੁਰ ਸਰ, ਅੱਜ ਅਸੀਂ ਇਸ ਫਿਰੋਜ਼ਪੁਰ ਦੇ ਬਾਰਡਰ ਪੱਟੀ ਦੇ ਇਹਨਾਂ ਪਿੰਡਾਂ ਦੇ ਵਿੱਚ ਘੁੰਮ ਰਹੇ ਹਾਂ, ਇਹਨਾਂ ਲੋਕਾਂ ਦੀਆਂ ਜਿੰਨੀਆਂ ਕਿ ਸਮੱਸਿਆਵਾਂ ਨੇ ਸਰਪੰਚ ਸਾਹਿਬ ਨੇ, ਉਹਨਾਂ ਮੈਂਬਰ ਸਾਹਿਬਾਨ ਨੇ ਦੱਸੀਆਂ ਨੇ ਕਿ ਇਹਨਾਂ ਨੂੰ ਵੱਡੀ ਮਾਰ ਪੈਂਦੀ ਸਤਲੁਜ ਦਰਿਆ ਦੀ, ਜਦੋਂ ਇਹ ਬਰਸਾਤਾਂ ਦਾ ਮੌਸਮ ਆਉਂਦਾ ਹੈ ਪਿੱਛੋਂ ਪਾਣੀ ਛੱਡਿਆ ਜਾਂਦਾ, ਇਹਨਾਂ ਦੀਆਂ ਫਸਲਾਂ ਡੁੱਬ ਜਾਂਦੀਆਂ ਨੇ, ਅਤੇ ਉਹ ਇੱਕ ਸਾਲ ਦੀ ਪੂਰੀ ਕਮਾਈ ਡੁੱਬ ਜਾਂਦੀ, ਘਰ ਢਹਿ ਜਾਂਦੇ ਨੇ, ਘਰਾਂ ਦੀ ਸਮੱਸਿਆ ਬੜੀ ਹੈ ਇਹਨਾਂ ਦੇ। ਇੱਥੇ ਜ਼ਿਆਦਾਤਰ SC ਅਤੇ BC ਆਬਾਦੀ ਹੈ ਤਕਰੀਬਨ ਸਾਰੇ ਜ਼ਿਲ੍ਹੇ ਫਿਰੋਜ਼ਪੁਰ ਦੀ। ਫਿਰੋਜ਼ਪੁਰ ਡਿਸਟ੍ਰਿਕਟ ਨੂੰ 2 ਹਿੱਸਿਆਂ 'ਚ ਵੰਡਿਆ ਗਿਆ, ਡਿਸਟ੍ਰਿਕਟ ਫਾਜ਼ਿਲਕਾ ਵੀ ਕੱਢਿਆ ਗਿਆ ਇਹਦੇ ਵਿੱਚੋਂ, ਸਾਰੇ ਦਾ ਸਾਰਾ ਫਿਰੋਜ਼ਪੁਰ ਪੁਰਾਣਾ ਗਿਣ ਲਿਆ ਜਾਏ, ਫਿਰੋਜ਼ਪੁਰ ਤੋਂ ਲੈ ਕੇ ਅਬੋਹਰ ਤੱਕ ਇਹ ਸਾਰਾ ਸਤਲੁਜ ਦੇ ਕੰਢੇ 'ਤੇ ਬਾਰਡਰ ਦੇ ਉੱਤੇ ਹੈ। ਇਹਨਾਂ ਲੋਕਾਂ ਸਾਰੇ ਦੇ ਵਿੱਚ ਹੀ ਦਰਿਆ ਦੀ ਮਾਰ ਵੱਖਰੀ ਹੈ ਅਤੇ ਬਾਰਡਰ ਦੀ ਮਾਰ ਵੱਖਰੀ ਹੈ। ਬਾਰਡਰ ਬਿਲਕੁਲ ਸਿਰ 'ਤੇ ਹੋਣ ਕਰਕੇ ਨਾ ਇੱਥੇ ਕੋਈ ਇੰਡਸਟਰੀ ਲੱਗੀ, ਨਾ ਇੱਥੇ ਕੋਈ ਕਾਰੋਬਾਰ, ਜ਼ਿਮੀਂਦਾਰੀ ਖਿੱਤੇ 'ਚ ਕਿੰਨਾ ਕੁ ਕੰਮ ਕੋਈ ਕਰ ਸਕਦਾ ਹੈ, ਬਹੁਤ ਜ਼ਿਆਦਾ ਗਰੀਬ ਜਨਤਾ ਬੇਜ਼ਮੀਨੀ ਬੈਠੀ, ਅਤੇ ਇੱਥੇ ਸਰਕਾਰਾਂ ਦਾ ਧਿਆਨ ਹੀ ਨਹੀਂ ਕਦੀ ਪਿਆ। ਖਾਸ ਕਰਕੇ ਜਿਹੜੀ ਇੰਦਰਾ ਆਵਾਸ ਯੋਜਨਾ ਹੈ ਉਹ ਪਤਾ ਨਹੀਂ ਕਿੱਥੇ ਉੱਡ ਜਾਂਦੀ ਹੈ, ਜਿੱਥੇ ਲੋੜ ਹੈ ਉੱਥੇ ਪਹੁੰਚੀ ਨਹੀਂ। ਇਹ ਲੋਕ ਮਿੱਟੀ ਦੇ ਘਰ ਬਣਾ ਕੇ ਕਿਵੇਂ ਇੱਥੇ ਜਿਉਂਦੇ ਨੇ, ਉਹਨਾਂ ਦੀਆਂ ਫੋਟੋ ਵੀ ਅਸੀਂ ਇਹਦੇ ਵਿੱਚ ਲਈਆਂ, ਤੁਹਾਨੂੰ ਵਿਖਾਏ ਜਾਣਗੇ। ਵੀ ਹੈਰਾਨਗੀ ਦੀ ਗੱਲ ਹੈ ਕਿਹੜਾ ਯੁੱਗ ਚੱਲਦਾ ਪਿਆ ਅਤੇ ਲੋਕ ਮਿੱਟੀ ਦੇ ਘਰਾਂ 'ਚ ਰਹਿ ਰਹੇ ਨੇ। ਦਰਿਆ ਦੀ ਸਮੱਸਿਆ ਬਾਰੇ ਸਰਦਾਰ ਅਵਤਾਰ ਸਿੰਘ ਹੋਰਾਂ ਨੇ ਕਾਫ਼ੀ ਇੱਥੇ ਵੇਖਿਆ ਘੁੰਮਿਆ ਹੈ, ਇਹ ਦੱਸਣਾ ਚਾਹੁੰਗੇ ਆਪ ਅਗਲੀ ਵਾਰੀ ਬਈ ਦਰਿਆ ਦਾ ਵਿਉਂਤ ਕਿਵੇਂ ਕੀਤਾ ਜਾਏ, ਅਤੇ ਉਹਦੇ ਨਾਲ ਪਲੈਨ ਕਰਕੇ ਅਸੀਂ ਸਾਰੇ ਪੰਜਾਬ ਨੂੰ, ਇਹ ਜਿਹੜਾ ਸਾਡਾ ਪਾਣੀ ਵੇਸਟ ਹੋ ਜਾਂਦਾ ਹੈ, ਬਹੁਤ ਸਾਰਾ ਪਾਣੀ ਜਦੋਂ ਬਰਸਾਤੀ ਮੌਸਮ 'ਚ ਇਕੱਠਾ ਹੁੰਦਾ ਹੈ ਉਹ ਸਾਡਾ ਪਾਣੀ ਬਹੁਤਾ ਪਾਕਿਸਤਾਨ ਚਲਾ ਜਾਂਦਾ, ਇੱਥੋਂ ਦਰਿਆ ਇੱਕ ਵਾਰੀ ਪਾਕਿਸਤਾਨ ਚਲਾ ਜਾਂਦਾ, ਉੱਥੋਂ ਮੁੜ ਕੇ ਆਉਂਦਾ, ਉਹ ਪਾਣੀ ਉੱਧਰ ਚਲਾ ਜਾਂਦਾ। ਉਹ ਪਾਣੀ ਨੂੰ ਇੱਥੇ ਰੋਕ ਕੇ ਅਤੇ ਉਸ ਪਾਣੀ ਨੂੰ ਪੂਰੇ ਮਾਲਵੇ ਪੰਜਾਬ ਦੇ ਵਿੱਚ ਵੰਡਿਆ ਜਾਏ ਅਤੇ ਸਾਡੀ ਪਾਣੀ ਦੀ ਸਮੱਸਿਆ ਵੀ ਹੱਲ ਹੁੰਦੀ ਹੈ। ਇਹਨਾਂ ਨਾਲ ਮੈਂ ਅੱਗੇ ਗੱਲ ਕੀਤੀ, ਇਹਨਾਂ ਦੱਸਿਆ ਸਾਨੂੰ, ਅਤੇ ਇਹ ਸਿਸਟਮ ਜਿਹੜਾ ਹੈ ਸਾਡੇ ਕੋਲ ਆਲਰੇਡੀ ਬਣਿਆ ਬਣਾਇਆ, ਕਿਉਂਕਿ ਅੰਗਰੇਜ਼ਾਂ ਨੇ ਇੱਥੇ ਹੁਸੈਨੀ ਵਾਲਾ ਹੈਡ ਬਣਾਇਆ ਸੀ, ਉਹਦੇ 'ਚੋਂ ਨਹਿਰਾਂ ਕੱਢੀਆਂ ਸੀ, ਸਾਡੇ ਕੋਲ ਨਹਿਰਾਂ ਵੀ ਹੈਗੀਆਂ ਨੇ ਬੰਦ ਪਈਆਂ,
ਕਿ ਹੈਫਸੈਨੀ ਵਾਲਾ ਹੈਡ ਵੀ ਪਿਆ, ਉਹਦੇ ਗੇਟ ਵੀ ਚੱਲਦੇ ਨੇ, ਸਭ ਕੁਝ ਸਿਸਟਮ ਪਹਿਲਾਂ ਹੀ ਬਣਿਆ ਪਿਆ। ਉਹਦੇ ਉਹਨੂੰ ਥੋੜ੍ਹਾ ਡਿਵੈਲਪ ਕਰਕੇ ਥੋੜ੍ਹੇ ਜਿਹੇ ਪੈਸੇ ਲਾ ਕੇ ਇਹਨਾਂ ਲੋਕਾਂ ਦਾ ਜੀਵਨ ਪੱਧਰ ਚੁੱਕਿਆ ਜਾ ਸਕਦਾ। ਜਿਹੜੇ ਤਾਰ ਤੋਂ ਪਾਰ ਘਰ ਨੇ ਉਹਨਾਂ ਨੂੰ ਵੀ ਸਹੂਲਤਾਂ ਦਿੱਤੀਆਂ ਜਾਣ, ਉਹਨਾਂ ਨੂੰ ਫਸਲਾਂ ਬੀਜਣ ਲਈ ਅੱਧਾ ਸਮਾਂ ਮਿਲਦਾ, ਕਿਉਂਕਿ ਮਿਲਟਰੀ ਦੇ ਕੋਈ ਟਾਈਮ ਹੁੰਦੇ ਨੇ, ਉਹਨਾਂ ਨੇ ਕਦੋਂ ਗੇਟ ਖੋਲ੍ਹਣਾ ਅਤੇ ਕਿਹੜੇ ਟਾਈਮ 'ਤੇ ਬੰਦ ਕਰ ਦੇਣਾ, ਉਹ ਅੱਧਾ ਕੰਮ ਹੁੰਦਾ, ਅੱਧਾ ਰਹਿ ਜਾਂਦਾ ਵਿਚਾਰਿਆਂ ਦਾ। ਫਸਲ ਕਈ ਵਾਰੀ ਕਟਾਈ ਹੁੰਦੀ ਪਈ ਹੁੰਦੀ ਹੈ, ਉਹਨਾਂ ਨੇ ਟਾਈਮ ਦਿੱਤਾ, ਇੰਨੀ ਟਾਈਮ ਤੋਂ ਕੰਬਾਈਨਾਂ ਬਾਹਰ ਕੱਢ ਲਓ, ਇਹਨਾਂ ਦਾ ਕੰਮ ਰਹਿ ਜਾਂਦਾ। ਉਹ ਇੱਕ ਵੱਡੀ ਵੱਖਰੀ ਮਾਰ ਪੈਂਦੀ ਹੈ। ਅਤੇ ਮੈਂ ਸਮਝਦਾ ਕਿ ਇਸ ਏਰੀਏ ਦੇ ਉੱਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ, ਸੈਂਟਰ ਸਰਕਾਰ ਨੂੰ ਵੀ ਅਤੇ ਪੰਜਾਬ ਸਰਕਾਰ ਨੂੰ ਵੀ। ਇਹ ਲੋਕ ਵੀ ਸਾਡੇ ਦੇਸ਼ ਦੇ ਬਸ਼ਿੰਦੇ ਨੇ, ਸਾਡੇ ਵੀਰ ਨੇ, ਇਹਨਾਂ ਉੱਤੇ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਹੈ। ਮੈਂ ਇੰਨੀ ਗੱਲ ਰੂਬਰੂ ਹੋਣ ਜਾ ਰਹੇ ਹਾਂ ਸਰਦਾਰ ਖੰਡਾ ਸਿੰਘ ਜੀ ਦੇ, ਜੋ ਕਿ ਮੈਂਬਰ ਪੰਚਾਇਤ ਨੇ ਪਿੰਡ ਅਲੀਕੇ ਦੇ, ਜੋ ਕਿ ਬਿਲਕੁਲ ਬਾਰਡਰ ਦੇ ਉੱਪਰ ਵਸਦਾ, ਜੋ ਕਿ ਬਿਲਕੁਲ ਦਰਿਆ ਦੇ ਕੰਢੇ ਦੇ ਵਸਦਾ, ਮਾਫ਼ ਕਰਨਾ ਜੀ। ਹਾਂਜੀ ਖੰਡਾ ਸਿੰਘ ਜੀ, ਕੀ ਵਿਚਾਰ ਨੇ ਤੁਹਾਡੇ? ਸਾਡੇ ਵਿਚਾਰ ਨੇ ਜੀ, ਸਰਕਾਰ ਨੂੰ ਸਾਡੇ ਜਿਹੜੇ ਪਿੰਡ ਦੇ ਬਹੁਤ ਗਰੀਬ ਜਨਤਾ ਹੈਗੀ ਆ, ਇਹਨਾਂ ਕੋਲ ਰਹਿਣ ਵਾਸਤੇ ਬਿਲਕੁਲ ਕੱਚੇ ਮਕਾਨ ਨੇ, ਝੁੱਗੀਆਂ ਝੋਪੜੀਆਂ ਨੇ ਵਿਚਾਰੇ ਗਰੀਬਾਂ ਕੋਲ, ਕੋਈ ਫਲੈਸ਼ਾਂ ਵਗੈਰਾ ਦਾ ਕੋਈ ਇੰਤਜ਼ਾਮ ਨਹੀਂ ਹੈ। ਸਾਨੂੰ ਤਾਂ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚੋਂ ਸਾਨੂੰ ਵੱਧ ਤੋਂ ਵੱਧ ਇਹਨਾਂ ਗਰੀਬਾਂ ਨੂੰ ਮਦਦ ਕੀਤੀ ਜਾਵੇ, ਮਕਾਨ ਇਹਨਾਂ ਦੇ ਪੱਕੇ ਕੀਤੇ ਜਾਣ, ਇਹਨਾਂ ਦੀ ਫਲੈਸ਼ਾਂ ਵਗੈਰਾ, ਇਹਨਾਂ ਜੋ ਵੀ ਗਰੀਬੀ ਦੀ ਸਮੱਸਿਆ ਦਾ ਹੱਲ ਨਿਕਲ ਸਕੇ, ਵੱਧ ਤੋਂ ਵੱਧ ਸਾਨੂੰ ਮਕਾਨ ਗਰੀਬਾਂ ਨੂੰ ਮਿਲਣ ਜਾਣ ਚਾਹੀਦੇ ਨੇ ਸਾਰਿਆਂ ਨੂੰ। ਅਤੇ ਸਾਡੀ ਜਿਹੜੀ ਜਨਤਾ ਕਿ ਗਰੀਬ ਰੇਖਾ ਦੇ ਵਿੱਚ ਬਹੁਤ ਜ਼ਿਆਦਾ ਹੈਗੇ ਆ, ਇਹਨਾਂ ਨੂੰ ਥੋੜ੍ਹੇ ਉੱਪਰ ਚੱਕਿਆ ਜਾਵੇ ਜੀ, ਇਹਨਾਂ ਦਾ ਮਸਲਾ ਜੋ ਹੱਲ ਕੀਤਾ ਜਾਵੇ। ਹਾਂਜੀ ਅਵਤਾਰ ਸਿੰਘ ਜੀ, ਸਾਡੇ ਤੁਹਾਨੂੰ ਜਾਣਨਾ ਚਾਹਾਂਗੇ ਕੀ ਵਿਚਾਰ ਨੇ ਤੁਹਾਡੇ? ਸਾਡੇ ਜੋ ਪਿੰਡ ਨੇ ਇਹ ਤਕਰੀਬਨ ਬਾਰਡਰ ਪੱਟੀ ਦੇ ਨਾਲ ਲੱਗਦੇ ਨੇ, ਸਤਲੁਜ ਦਰਿਆ ਤੋਂ ਅੱਗੋਂ ਬਾਰਡਰ ਸ਼ੁਰੂ ਹੋ ਜਾਂਦਾ ਹੈ। ਬਾਰਡਰ ਨਾਲ ਹੋਣ ਕਰਕੇ ਅਤੇ ਸਤਲੁਜ ਹੋਣ ਕਰਕੇ ਬਹੁਤ ਮੁਸ਼ਕਲਾਂ ਦਾ ਇੱਥੋਂ ਦੇ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਕਿ ਮਤਲਬ ਸਤਲੁਜ ਦਰਿਆ ਜਦੋਂ ਬਾਰਿਸ਼ ਆਉਂਦੀ ਹੈ, ਇਹਦਾ ਪਾਣੀ ਓਵਰਫਲੋ ਹੋ ਕੇ ਅਤੇ ਫਸਲਾਂ ਬਰਬਾਦ ਕਰਦਾ ਹੈ, ਉਸਦੇ ਨਾਲ ਬਹੁਤ ਜ਼ਿਆਦਾ ਖਰਾਬਾ ਹੋ ਜਾਂਦਾ ਹੈ। ਅਤੇ ਨਾਲ ਦੀ ਨਾਲ ਹੀ ਇਸ ਜੋ ਆਪਣੇ ਹਰੀ ਕਹਿਰ ਤੋਂ ਲੈ ਕੇ ਹੁਸੈਨੀ ਵਾਲੇ ਤੱਕ 50 ਕਿਲੋਮੀਟਰ ਦੇ ਏਰੀਆ, ਜੇ ਸਰਕਾਰ ਚਾਹੇ ਇਸ ਮਸਲੇ ਦਾ ਹੱਲ ਕਰਨ ਵਾਸਤੇ ਦੋਨੇ ਪਾਸੇ ਬੰਨ ਬਣਾ ਕੇ ਇਸ ਪਾਣੀ ਨੂੰ ਕੰਟਰੋਲ ਕੀਤਾ ਜਾ ਸਕਦਾ, ਨਾਲੇ ਪਾਣੀ ਰੋਕ ਕੇ ਪੂਰੇ ਏਰੀਏ ਨੂੰ ਜਿਵੇਂ ਕਿ ਇੱਧਰ ਅਬੋਹਰ ਬੱਲੂਆਣਾ ਫਾਜ਼ਿਲਕੇ ਤੱਕ ਬਠਿੰਡੇ ਤੱਕ ਹੀ ਪਾਣੀ ਨੂੰ ਪਹੁੰਚਾਇਆ ਜਾ ਸਕਦਾ ਹੈ। ਨਹਿਰਾਂ ਤਾਂ ਅੱਗੇ ਹੀ ਚੱਲਦੀਆਂ ਨੇ, ਪਾਣੀ ਦੀ ਸ਼ੋਰਟੇਜ ਹੋਣ ਕਰਕੇ ਉਹਨਾਂ ਨਹਿਰਾਂ ਤੱਕ ਪਾਣੀ ਨਹੀਂ ਪਹੁੰਚਦਾ। ਇਸ ਦੇ ਨਾਲ ਨਾਲ ਸਾਡੇ ਜੋ ਏਰੀਏ ਦੀ ਜੋ ਸਕੂਲਾਂ ਵਿੱਚ ਬੱਚੇ ਪੜ੍ਹਾਈ ਕਰਦੇ ਹਨ, ਉਹ ਵੱਡੇ ਬੈਕਵਰਡ ਏਰੀਆ ਹੋਣ ਕਰਕੇ ਜੋ ਪੜ੍ਹਾਈ ਦੀ ਬਹੁਤ ਬੱਚਿਆਂ ਨੂੰ ਦਿੱਕਤ ਆਉਂਦੀ ਹੈ, ਉਹ ਕੋਈ ਵੱਡੇ ਕੰਪੀਟੀਸ਼ਨ ਨਹੀਂ ਲੜ ਸਕਦੇ। ਜੋ ਕਿ ਸਰਕਾਰ ਵੱਲੋਂ ਬਾਰਡਰ ਏਰੀਆ ਨੂੰ ਸਹੂਲਤਾਂ ਜੋ ਇਹਨਾਂ ਵਾਸਤੇ ਰਿਜ਼ਰਵੇਸ਼ਨ ਹੈ, ਉਹ ਵੀ ਵਿਚਾਰੇ ਪ੍ਰਾਪਤ ਨਹੀਂ ਕਰ ਸਕਦੇ। ਸੋ ਸਰਕਾਰ ਨੂੰ ਇਸ ਮੁਸ਼ਕਲ ਵੱਲ ਵੀ ਧਿਆਨ ਦੇਣਾ ਚਾਹੀਦਾ ਕਿ ਜੋ ਇਹਨਾਂ ਦੀਆਂ ਬੱਚਿਆਂ ਨੂੰ ਜੋ ਉਹਨਾਂ ਦੇ ਬਣਦੇ ਹੱਕ ਦਿੱਤੇ ਜਾਣ, ਅਤੇ ਇਹ ਜੋ ਬੱਚੇ ਸਾਡੇ ਵੀ ਦੇਸ਼ ਦੇ ਭਲੇ ਵਾਸਤੇ ਔਰ ਆਪਣੇ ਪਰਿਵਾਰ ਦਾ ਰੁਜ਼ਗਾਰ ਚਲਾ ਸਕਣ। ਹਾਂਜੀ ਖੰਡਾ ਸਿੰਘ ਜੀ, ਤੁਹਾਡੇ ਹਿਸਾਬ ਨਾਲ ਸਰਕਾਰ ਨੂੰ ਕੀ ਐਸੇ ਉਪਰਾਲੇ ਕਰਨੇ ਚਾਹੀਦੇ ਨੇ ਜਿਸ ਨਾਲ ਤੁਹਾਡੇ ਇਲਾਕੇ ਦਾ ਬਹੁ ਪੱਖੀ ਵਿਕਾਸ ਹੋ ਸਕੇ? ਸਰ, ਸਾਡੇ ਪਿੰਡਾਂ ਦੇ ਵਿੱਚ ਜਿੱਦਾਂ ਗਰੀਬ ਜਨਤਾ ਬਹੁਤ ਜ਼ਿਆਦਾ, ਇੱਥੇ ਸਕੂਲਾਂ ਦੇ ਵਿੱਚ ਸਟੇਡੀਅਮ ਵਗੈਰਾ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਲਾਭ ਪ੍ਰਾਪਤ ਨਹੀਂ ਹੋ ਰਿਹਾ। ਗਰੀਬ ਜਨਤਾ ਥੋੜ੍ਹਾ ਪੜ੍ਹ ਕੇ ਆਪਣੇ ਘਰਾਂ ਦੇ ਵਿੱਚ ਕੰਮ ਕਾਰ ਕਰਨ ਲੱਗ ਜਾਂਦੇ ਨੇ, ਉਹਨਾਂ ਨੂੰ ਖੇਡਣ ਵਾਸਤੇ ਕਿਤੇ ਸਮਾਂ ਉਹਨਾਂ ਸਟੇਡੀਅਮ ਨਹੀਂ ਹੈਗੇ ਆ। ਜੇ ਉਹ ਜੇ ਖੇਡ ਮੈਦਾਨ ਉਹਨਾਂ ਇੱਥੇ ਬਣਾਏ ਜਾਣ, ਉਹ ਖੇਡਾਂ ਦੇ ਵਿੱਚ ਜਾ ਕੇ ਆਪਣਾ ਨਾਮ ਰੋਸ਼ਨ ਕਰ ਸਕਣ, ਸਾਡੇ ਜਿਹੜੇ ਬੱਚੇ ਨੇ ਬਹੁਤ ਸ਼ਾਂਤੀ ਬਹੁਤ ਹੀ ਕੰਮ ਯੋਗ ਕਰਨ ਵਾਲੇ ਨੇ, ਉਹ ਜਾ ਕੇ ਖੇਡਾਂ ਦੇ ਵਿੱਚ ਹਿੱਸਾ ਲੈ ਸਕਣਗੇ। ਬਾਕੀ ਸਾਨੂੰ ਸਕੂਲਾਂ ਦੇ ਵਿੱਚ ਸਟੇਡੀਅਮ ਤਿਆਰ ਕੀਤੇ ਜਾਣ ਅਤੇ ਸਾਡੇ ਬੱਚਿਆਂ ਦਾ ਨਾਮ ਵੀ ਰੋਸ਼ਨ ਉੱਚਾ ਹੋਏ ਜੀ, ਸਾਡੀ ਜਨਤਾ ਜਿਹੜੀ ਆ ਹੁਸ਼ਿਆਰੀ ਪਾ ਸਕੇ ਜੀ ਕੁਛ।